समाणा सिटी पुलिस वालों कुछ ऐसे नौजवानों को गिरफ्तार किया गया जिहड़े कि मोबाइल खो लेंदे सी लोगों तो, उन्होंने काबू करने से पुलिस कामयाब हुई है। उन्होंने चोरी का मोटरसाइकिल भी बरामद होया और एक मोबाइल भी बरामद होया और कितनी बार तैनात की गलबात करते हैं। अपने मोबाइल खो रहे थे लंघते बंद तो भैया से प्रवासी उन्होंने तो मोबाइल खोन लगे थे, खो के भज गए थे। उस तो बाद इन्हों तो असं अगले दिन जाके प्रबंध कराए। यह एक सोनू कुमार उर्फ पेटला पुत्र हंसराज वासी कड़ामापत्ती, एक गुरदीप सिंह उर्फ राजू पुत्र गुरनाम सिंह वासी बॉबी कनोली समाणा, तीजा बलजिंदर नाथ उर्फ गोलू पुत्र कृष्ण नाथ वासी बॉबी कलोनी समाणा थाना सिटी समाणा। ये तिने जने वारदातां करके करन दे आदी ने। इन्हां तो एक दिन का रिमांड लैके दो दिन का असीं होर भी पुछगिछ करांगे। इन्हां दी की बरामद होया हुण तक इन्हां तों? इन्हां तों एक दा मोबाइल जिहड़ा खोया सी उह बरामद होया, एक जिहड़ा मोटरसाइकिल जिहड़ा वरत्या सी जिते जाके खोया सी ਉਹ ਬਰਾਮਦ ਹੋਇਆ ਜੀ। ਇਸ ਤੋਂ ਪਹਿਲਾਂ ਕੋਈ ਵਾਰਦਾਤ ਮੰਨੇ ਕਿੰਨੀਆਂ ਰੱਖੀਆਂ? ਨਹੀਂ ਅਜੇ ਤਾਂ ਨਹੀਂ ਮੰਨੇ, ਅਸੀਂ ਇਹਨਾਂ ਦਾ ਰਿਮਾਂਡ ਲੈ ਰਹੇ ਹਾਂ ਜੀ। ਉਸ ਤੋਂ ਬਾਅਦ ਇਹਦੀ ਪੁੱਛਗਿੱਛ ਕਰਾਂਗੇ, ਜੋ ਦੱਸਣਗੇ ਅਸੀਂ ਉਹ ਕਾਰਵਾਈ। ਕਥਿਤ ਮੁਲਜ਼ਮ ਵੀ ਖੜੇ, ਇਹਨਾਂ ਨੇ ਪੁੱਛਦੇ ਤੁਸੀਂ ਇਹ ਕੰਮ ਕਿਉਂ ਕਰਦੇ ਹੋ? ਸੋਨੂੰ ਕਿਹੜਾ ਤੁਹਾਡੇ ਤੋਂ? ਸੋਨੂੰ ਹਾਂਜੀ, ਇਸ ਤੋਂ ਪਹਿਲਾਂ ਕਿੱਥੇ ਕਿੱਥੇ ਵਾਰਦਾਤ ਕੀਤੀ ਇਹਨਾਂ ਨੇ ਜੀ? ਕਿਤੇ ਮੈਂ ਤਾਂ ਨਾ ਇਹ ਕੰਮ ਹੈ ਜੀ, ਮੈਂ ਤਾਂ ਪਰਸੋਂ ਤੱਕ ਕੱਲ ਫੈਕਟਰੀ ਕਹਿੰਦਾ ਪੈਸੇ ਲੈ ਕੇ ਆਉਣਾ ਜੀ, ਉੱਥੇ ਭਈਏ ਦਾ ਮੋਬਾਈਲ ਖੋਲਿਆ ਜੀ। ਬਸ ਮੈਂ ਤਾਂ ਮੋਬਾਈਲ ਵੀ ਉੱਥੇ ਗੇਰਤਾ ਸੀ ਭਈਏ ਦਾ। ਮੈਂ ਖੋਇਆ ਸੀ? ਨਹੀਂ ਖੋਇਆ ਸੀਗਾ ਹਾਂਜੀ, ਅਤੇ ਖੋ ਕੇ ਮੈਂ ਕਿੰਨੇ ਬੰਦਿਆਂ ਕੋਲ ਖੋਇਆ? ਇਸ ਤੋਂ ਪਹਿਲਾਂ ਨਹੀਂ ਜੀ, ਮੇਰੇ 'ਤੇ ਪਰਚਾ ਪਿਆ ਸੀਗਾ, ਉਸ ਤੋਂ ਬਾਅਦ ਤਾਂ ਮੈਂ ਬਹੁਤ ਡਰਨ ਲੱਗ ਗਿਆ ਸੀਗਾ ਸਰ ਜੀ। ਆਹੀ ਪਰਚਾ ਪਿਆ ਸੀਗਾ ਸਰ ਜੀ, ਇਹ 7ਵੇਂ ਮਹੀਨੇ ਲੋਕਡਾਊਨ 'ਚ ਪਿਆ ਸੀਗਾ ਸਰ ਜੀ। ਹਾਂਜੀ ਸਰ ਜੀ। ਇੱਕ ਛੋਟੇ ਨਾਲ ਜਿਹੜਾ ਪ੍ਰਵਾਸੀ ਮਜ਼ਦੂਰ ਸੀਗਾ, ਮਿਤੀ 30/12/21 ਨੂੰ ਜਿਹੜਾ ਇਹਦਾ ਜਿਹੜਾ ਸੋਨੂ ਉਰਫ ਪੇਟਲਾ ਅਤੇ ਗੁਰਦੀਪ ਸਿੰਘ ਉਰਫ ਰਾਜੂ ਅਤੇ ਬਲਜਿੰਦਰ ਦਾਸ ਉਰਫ ਗੋਲੂ ਨਾਂ ਦੇ ਜਿਹੜੇ ਵਿਅਕਤੀ ਹੈ, ਅਤੇ ਇਹ ਜਿਹੜਾ ਮੋਬਾਈਲ ਖੋ ਕੇ ਭੱਜ ਗਏ ਸੀਗੇ ਮੋਟਰਸਾਈਕਲ ਦੇ ਉੱਤੇ। ਜੇ ਜੋ ਇਸ ਮੁਕੱਦਮੇ ਜਿਹੜੀ ਤਫਤੀਸ਼ ਹੈ ਇਹ ਅਸੀਂ ਚੰਦਾ ਰਾਮ ਅਤੇ ਜਿਹੜਾ ਹੌਲਦਾਰ ਧਰਮਿੰਦਰ ਸਿੰਘ ਵੱਲੋਂ ਅਮਲ 'ਚ ਲਿਆਂਦੀ ਗਈ ਸੀ। ਇਹਨਾਂ ਤਿੰਨਾਂ ਦੋਸ਼ੀਆਂ ਨੂੰ ਜਿਹੜਾ ਇਹ ਪੁਲਿਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ, ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਇਹਨਾਂ ਤੋਂ ਬਰਾਮਦ ਕਰਾ ਲਿਆ, ਅਤੇ ਜਿਹੜਾ ਛੋਟੇ ਲਾਲ ਜਿਹੜਾ ਪ੍ਰਵਾਸੀ ਮਜ਼ਦੂਰ ਦਾ ਜਿਹੜਾ ਮੋਬਾਈਲ ਖੋਇਆ ਸੀ ਉਹ ਵੀ ਬਰਾਮਦ ਕਰੋ ਗਿਆ। ਜਿਹੜਾ ਇਹਨਾਂ ਵਿੱਚ ਜੇ ਸੋਨੂ ਹੈ ਅਤੇ ਇੱਦਾਂ ਗੁਰਦੀਪ ਸਿੰਘ ਉਰਫ ਰਾਜੂ ਹੈ ਅਤੇ ਬਲਜਿੰਦਰ ਕੁਮਾਰ ਉਰਫ ਗੋਲੂ ਹੈ, ਜਿਹੜੇ ਇਹਨਾਂ ਦੇ ਉੱਤੇ ਪਹਿਲਾਂ ਵੀ ਜਿਹੜੇ ਮੁਕੱਦਮੇ ਹੈ ਦੋਨਾਂ ਦੋਸ਼ੀਆਂ ਦੇ ਉੱਤੇ ਹੈਗੇ ਆ ਦਰਜ ਹੈ ਚੋਰੀ ਦੇ ਅਤੇ ਲੁੱਟਾ ਖੋਹ ਦੇ ਉੱਤੇ। ਇਹਨਾਂ ਤੋਂ ਜਿਹੜਾ ਮੋਬਾਈਲ ਦੀ ਬਰਾਮਦਗੀ ਹੋ ਚੁੱਕੀ ਹੈ, ਅਤੇ ਹੁਣ ਇਹਨਾਂ ਪੁਲਿਸ ਰਿਮਾਂਡ ਲੈ ਕੇ ਹੋਰ ਵੀ ਜਿਹੜੇ ਅੱਗੇ ਤਫਤੀਸ਼ ਜਿਹੜੀ ਹੈ ਕੀਤੀ ਜਾਊਗੀ, ਅਤੇ ਦੋਸ਼ੀਆਂ ਨੂੰ ਅੱਜ ਜਿਹੜਾ ਮਾਨਯੋਗ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਜਿਹੜਾ ਹਾਸਲ ਕੀਤਾ ਜਾਊਗਾ। ਫਿਲਹਾਲ ਜਿਹੜਾ ਇੱਕ ਮੋਬਾਈਲ ਜਿਹੜਾ ਖੋਇਆ ਹੋਇਆ ਸੀ ਉਹ ਬਰਾਮਦ ਹੋਇਆ। ਇਹ ਜਿਹੜੇ ਹੈ ਅਕਸਰ ਜਿਹੜੇ ਇਹਨਾਂ ਦੌਰਾਨੇ ਪੁੱਛਗਿੱਛੇ ਸਾਹਮਣੇ ਆਈ ਹੈ ਗੱਲ, ਇਹ ਜਿਹੜੇ ਭਈਆਂ ਤੋਂ ਜਾਂ ਕੋਈ ਸ਼ਰਾਬੀ ਜਿਹੜੇ ਹੋ ਜਾਂਦੇ ਸੀ ਉਹਨਾਂ ਨੂੰ ਮੋਬਾਈਲ ਖੋਹ ਲੈਂਦੇ ਸੀ, ਉਹਨਾਂ ਮੋਬਾਈਲ ਖੋਹ ਕੇ ਆਪਣਾ ਅੱਗੇ ਜਿਹੜੇ ਤੁਰੇ ਜਾਂਦੇ ਨੇ ਕਿਸੇ ਨੂੰ ਵੇਚ ਵੂਚ ਦਿੰਦੇ ਸੀਗੇ। ਇਹ ਜਿਹੜੇ ਕਥਿਤ ਮੁਲਜ਼ਮ ਹੈ ਇਹਨਾਂ ਨੇ ਵੀ ਕਬੂਲ ਕਰਿਆ ਵੀ ਅਸੀਂ ਪਹਿਲਾਂ ਵੀ ਇਸ ਤਰ੍ਹਾਂ ਹੀ ਵਾਰਦਾਤਾਂ ਕੀਤੀਆਂ, ਲੇਕਿਨ ਸਿਟੀ ਪੁਲਿਸ ਵੱਲੋਂ ਇਹ ਵੱਡੀ ਕਾਮਯਾਬੀ ਹੈ ਜਿਹੜੇ ਕਿ ਲੋਕ ਸ਼ਾਮ ਨੂੰ ਆਪਣੇ ਡਿਊਟੀ ਜਾਂਦੇ ਆ, ਕੋਈ ਆ ਰਿਹਾ ਉਹਨਾਂ ਦੇ ਮੋਬਾਈਲ ਖੋਹਦੇ ਸੀ, ਹੁਣ ਵਾਰਦਾਤਾਂ ਵਿੱਚ ਕਮੀ ਆਵੇ। ਕੈਮਰਾਮੈਨ ਬਾਲਕ੍ਰਿਸ਼ਨ ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।